ਫਾਜ਼ਿਲਕਾ ਦੇ ਫਿਰੋਜ਼ਪੁਰ ਰੋਡ ਤੇ ਰੇਲਵੇ ਫਲਾਈਓਵਰ ਦੇ ਉੱਪਰ ਕਾਰ ਅਤੇ ਟਰੈਕਟਰ ਦੇ ਵਿਚਕਾਰ ਹੋਈ ਟੱਕਰ। ਕਾਰ ਚਾਲਕ ਹੋਇਆ ਕਾਇਲ, ਹਸਪਤਾਲ ਦੇ ਵਿੱਚ ਕਰਵਾਇਆ ਭਰਤੀ। ਫਾਜ਼ਿਲਕਾ ਦੇ ਫਿਰੋਜ਼ਪੁਰ ਰੋਡ ਤੇ ਰੇਲਵੇ ਫਲਾਈਓਵਰ ਦੇ ਉੱਪਰ ਕਾਰ ਅਤੇ ਟਰੈਕਟਰ ਵਿਚਕਾਰ ਟੱਕਰ ਹੋ ਗਈ, ਜਿਸ ਦੇ ਵਿੱਚ ਕਾਰ ਚਾਲਕ ਬੁਰੀ ਤਰ੍ਹਾਂ ਨਾਲ ਕਾਇਲ ਹੋ ਗਿਆ, ਜਿਸ ਨੂੰ ਉਪਚਾਰ ਦੇ ਲਈ ਫਾਜ਼ਿਲਕਾ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਜਾਣਕਾਰੀ ਦੇ ਅਨੁਸਾਰ ਇਹ ਦੁਰਘਟਨਾ ਦੇਰ ਰਾਤ ਹੋਈ ਦੱਸੀ ਜਾ ਰਹੀ ਹੈ। ਟਰੈਕਟਰ ਚਾਲਕ ਨੇ ਦੱਸਿਆ ਕਿ ਉਹ ਸਮਾਧ ਤੋਂ ਰੋਟੀ ਖਾ ਕੇ ਨਿਕਲਿਆ ਸੀ, ਤਾਂ ਅਚਾਨਕ ਜਦੋਂ ਫਲਾਈਓਵਰ 'ਤੇ ਪਹੁੰਚਿਆ ਤਾਂ ਕਾਰ ਚਾਲਕ ਵੱਲੋਂ ਉਸ ਦੇ ਵਿੱਚ ਲਿਆ ਕੇ ਕਾਰ ਮਾਰ ਦਿੱਤੀ ਗਈ, ਜਿਸ ਦੇ ਚਲਦਿਆਂ ਕਾਰ ਚਾਲਕ ਵੀ ਕਾਇਲ ਹੋ ਗਿਆ ਅਤੇ ਉਸ ਨੂੰ ਵੀ ਸੱਟਾਂ ਲੱਗੀਆਂ, ਜਿਸ ਨੂੰ 108 ਐਂਬੂਲੈਂਸ ਰਾਹੀਂ ਫਾਜ਼ਿਲਕਾ ਦੇ ਸਿਵਲ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ। ਉੱਧਰ ਟਰੈਕਟਰ ਚਾਲਕ ਦਾ ਕਹਿਣਾ ਕਿ ਉਸ ਦਾ ਇਲਾਜ ਨਹੀਂ ਕੀਤਾ ਜਾ ਰਿਹਾ, ਉਹ ਸੜਕ 'ਤੇ ਹੀ ਪਿਆ। ਉੱਧਰ ਹੁਣ ਕਾਰ ਚਾਲਕ ਦੇ ਬਿਆਨ ਤੋਂ ਬਾਅਦ ਹੀ ਦੁਰਘਟਨਾ ਦੇ ਕਾਰਨਾਂ ਦਾ ਪਤਾ ਚੱਲ ਪਾਏਗਾ। ਫਿਲਹਾਲ ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਂਜੀ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਮਨਜੀਤ ਸਿੰਘ ਜੀ। ਕਿੱਥੋਂ ਦੇ ਰਹਿਣ ਵਾਲੇ ਹੋ? ਤੂਤਾਂ ਵਾਲੀ ਜੀ। ਇਹ ਘਟਨਾ ਕਿਵੇਂ ਹੋਈ ਹੈ ਜੀ? ਇਹ ਫਾਜ਼ਿਲਕਾ ਪੁਲ ਦੇ ਉੱਤੇ ਮੈਂ ਰੋਟੀ ਖਾ ਕੇ ਆਈ ਜਾਂਦਾ ਸੀ, ਪੀਰ ਦੀ ਦਰਗਾਹ ਨਹੀਂ, ਫਾਜ਼ਿਲਕਾ ਜਲਾਲਾਬਾਦ ਰੋਡ ਜਾਂਦਾ ਗਏ। ਹਾਂਜੀ ਹਾਂਜੀ। ਮੈਂ ਰੋਟੀ ਖਾ ਕੇ ਅੱਗੋਂ ਮੈਂ ਆਈ ਜਾਂਦਾ ਸੀ ਅੱਜ ਸਾਈਡ ਤੇ। ਠੀਕ। ਇਹ ਨਾ ਇਧਰ ਅੱਗੋਂ ਗੱਡੀ ਨੇ ਲਿਆਂਦੀ ਹੈ, ਗੱਡੀ ਸਿੱਧੀ ਵਿੱਚ ਮਾਰੀਆਂ ਨੇ ਮੇਰੇ ਟਾਇਰ ਦੇ ਵਿੱਚ ਲਿਆ ਕੇ, ਮੇਰੇ ਟਾਇਰ ਸਾਰੇ ਰਿੰਗੇ ਕਰਤੇ ਨੇ। ਉਲਟਾ ਉਵੇਂ ਪੈਂਦਾ ਵੀ ਪਹਿਲਾਂ ਸਹੀ ਸੀਗਾ, ਡਿੱਗ ਜਾ ਸਾਰ ਵੀ ਲੰਮਾ ਹੋ ਗਿਆ, ਤਾਂ ਮੈਂ ਮਰ ਗਿਆ ਥਾਂ 'ਤੇ। ਉਹ ਰੱਜਾ ਸੀ ਦਾਰੂ ਨਾਲ, ਉਹਨਾਂ ਤਿੰਨ ਚਾਰ ਜਣੇ ਨੇ ਚੱਕ ਕੇ ਥੱਲੇ ਉਹਨੂੰ ਗੱਡੀ 'ਤੇ ਪਾਇਆ, ਗੱਡੀ 'ਤੇ ਪਾ ਕੇ ਬਜਾ ਕੇ ਉਹਨੂੰ ਲੈ ਗਏ। ਮੇਰਾ ਕੋਈ ਵਾਰਸ ਨਹੀਂ ਬਣਦਾ ਪਿਆ। ਠੀਕ ਹੈ। ਕਿੱਥੋਂ ਦੇ ਰਹਿਣ ਵਾਲੇ ਤੁਸੀਂ? ਮੈਂ ਤੂਤਾਂ ਵਾਲੀ ਦਾ ਜੀ। ਠੀਕ ਹੈ। ਹੁਣ ਤੁਸੀਂ ਕੀ ਮੰਗ ਕੀ ਕਰਦੇ ਹੋ? ਮੰਗ ਤਾਂ ਵੀਰ ਜੀ ਮੈਂ ਤਾਂ ਇਹ ਕਹਿੰਦਾ, ਮੇਰੀ ਲੱਤਾਂ ਦਾ ਇਲਾਜ, ਮੇਰੀ ਲੱਤ ਦਾ ਇਲਾਜ ਨਹੀਂ ਹੁੰਦਾ ਪਿਆ ਜੀ। ਠੀਕ। ਮੈਂ ਲੱਤ ਮੇਰੀ ਬਹੁਤ ਦਰਦ ਕਰ